ਫਾਜ਼ਿਲਕਾ ਦੇ ਪਿੰਡ ਬੇਗਾਵਾਲੀ ਦੇ ਵਿੱਚ ਪਹੁੰਚੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਅਭੇ ਸਿੰਘ ਚੌਟਾਲਾ ਨੇ ਪੱਤਰਕਾਰਾਂ ਨਾਲ ਕੀਤੀ ਗੱਲਬਾਤ, ਕਿਹਾ ਚੋਣਾਂ ਦੇ ਵਿੱਚ ਜਿੱਤੇਗਾ ਸ਼੍ਰੋਮਣੀ ਅਕਾਲੀ ਦਲ। ਫਾਜ਼ਿਲਕਾ ਦੇ ਪਿੰਡ ਬੇਗਾਵਾਲੀ ਦੇ ਵਿੱਚ ਅੱਜ ਇਨੈਲੋ ਦੇ ਵਿਧਾਇਕ ਅਭੇ ਸਿੰਘ ਚੌਟਾਲਾ ਪਹੁੰਚੇ, ਜਿਨ੍ਹਾਂ ਵੱਲੋਂ ਇੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਵੱਲੋਂ ਦਾਅਵਾ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ। ਉਹਨਾਂ ਨੇ ਕਿਹਾ ਕਿ ਦੂਜੀ ਪਾਰਟੀਆਂ ਵੱਲੋਂ ਜਿਹੜਾ ਸ਼ੋਰ ਮਚਾਇਆ ਜਾ ਰਿਹਾ ਹੈ ਉਹ ਸ਼ੋਰ ਸਿਰਫ ਸੋਸ਼ਲ ਮੀਡੀਆ ਤੱਕ ਹੀ ਸੀਮਿਤ ਹੈ। ਉਹਨਾਂ ਨੇ ਕਿਹਾ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ ਅਤੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਬਣੇਗੀ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਲੋਕਾਂ ਦਾ ਭਲਾ ਕਰ ਸਕਦੀ ਹੈ। ਉਹਨਾਂ ਨੇ ਹੋਰ ਵੀ ਕਈ ਮੁੱਦਿਆਂ 'ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ। ਇਸ ਮੌਕੇ ਤੋਂ ਫਾਜ਼ਿਲਕਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਹੰਸਰਾਜ ਜੋਸਨ, ਨਰੇਸ਼ ਸੇਤੀਆ, ਨਵੀਨ ਕੌਸ਼ਲ, ਹਰਦੀਪ ਟਾਕਾ ਅਤੇ ਹੋਰ ਵੀ ਕਈ ਅਕਾਲੀ ਨੇਤਾ ਮੌਜੂਦ ਸਨ, ਜਿਨ੍ਹਾਂ ਵੱਲੋਂ ਇੱਥੇ ਪਹੁੰਚਣ 'ਤੇ ਅਭੇ ਸਿੰਘ ਚੌਟਾਲਾ ਦਾ ਸਵਾਗਤ ਕੀਤਾ ਗਿਆ। ਆਓ ਹੁਣ ਤੁਹਾਨੂੰ ਦਿਖਾਉਂਦੇ ਹਾਂ ਅਭੇ ਸਿੰਘ ਚੌਟਾਲਾ ਵੱਲੋਂ ਪੱਤਰਕਾਰਾਂ ਨੂੰ ਕੀ ਕਿਹਾ ਗਿਆ। ਆਰਬੀ ਲਾਈਵ ਮੀਡੀਆ ਦੀ ਇੱਕ ਖਾਸ ਰਿਪੋਰਟ। ਪੰਜਾਬ ਕੇ ਮਤਦਾਤਾ ਬਹੁਤ ਸ਼ਾਨੀ, ਪੰਜਾਬ ਕਾ ਮਤਦਾਤਾ 20 ਤਾਰੀਖ ਕੋ ਬੜਾ ਫੈਸਲਾ ਲੇਗਾ ਔਰ ਨਏ ਸਿਰੇ ਸੇ ਫਿਰ ਸ਼੍ਰੋਮਣੀ ਅਕਾਲੀ ਦਲ ਕੀ ਸਰਕਾਰ ਬਣਾਏਗਾ। ਇਹ ਜੋ ਸ਼ੋਰ ਮਚ ਰਹੇ ਨਾ ਔਰ ਕੁਛ ਪਾਰਟੀਆਂ ਕਾ ਵੋ ਕੇਵਲ ਸੋਸ਼ਲ ਮੀਡੀਆ ਤੱਕ ਸੀਮਿਤ ਹੈ। ਮਤਦਾਤਾ ਇਸ ਬਾਤ ਕਾ ਫੈਸਲਾ ਕਰੇ ਬੈਠਾ ਹੈ ਕਿ ਹਮਨੇ ਕਿਸਾਨ ਹਿਤੈਸ਼ੀ ਵਿਅਕਤੀ ਕੇ ਹੱਥ ਮੇ ਆਪਣੇ ਪ੍ਰਦੇਸ਼ ਕੀ ਸੱਤਾ ਸੌਂਪਣੀ ਹੈ। ਸਰ ਆਜ ਜੋ ਹੈ ਰਾਮ ਰਹੀਮ ਕੋ ਪਰੋਲ ਪਰ ਬਾਹਰ ਬੁਲਾਇਆ ਗਿਆ ਹੈ, 21 ਦਿਨੋਂ ਕੀ ਪਰੋਲ ਕੇ ਬਾਅਦ ਆਜ ਜੋ ਬਾਹਰ ਨਿਕਾਲਾ ਜਾ ਰਿਹਾ ਹੈ ਜੇਲ ਸੇ, ਕਿਸ ਨਜ਼ਰੀਏ ਸੇ ਦੇਖਤੇ ਹੋ ਚੁਣਾਵ ਕੇ ਐਨ ਵਕਤ ਪਰ ਐਸਾ ਫੈਸਲਾ ਆਨਾ? ਇਸਕਾ ਚੁਣਾਵ ਸੇ ਕਿਆ ਸੰਬੰਧ ਹੈ ਪਹਿਲੇ ਆਪ ਹੀ ਬਤਾਓ। ਕੋਈ ਵੀ ਵਿਅਕਤੀ ਜੀ ਸਜਾਬਤਾ ਹੋਗਾ, ਕਾਨੂੰਨ ਕੇ ਮੁਤਾਬਿਕ ਪੈਰੋਲ ਅਪਲਾਈ ਕਰੇਗਾ। ਅਗਰ ਉਸ ਕਾਨੂੰਨ ਕੇ ਦਾਇਰੇ ਮੇ ਸ਼ਰਤੇ ਪੂਰੀ ਕਰਤਾ ਹੈ ਤੋ ਉਸਕਾ ਅਧਿਕਾਰ ਉਸਕੋ ਪੈਰੋਲ ਮਿਲੇਗੀ। ਹਰ ਚੀਜ਼ ਕੋ ਆਪ ਇਲੈਕਸ਼ਨ ਕੇ ਸਾਥ ਨਹੀਂ ਜੋੜ ਸਕਤੇ। ਨਹੀਂ ਪੰਜਾਬ ਕੇ ਚੁਣਾਵ ਮੇ ਕੋਈ ਪੰਜਾਬ ਕੇ ਚੁਣਾਵ ਕੀ ਬਾਤ ਨਹੀਂ, ਕੋਈ ਯੂਪੀ ਕੇ ਚੁਣਾਵ ਕੀ ਬਾਤ ਨਹੀਂ। ਅਗਰ ਕੋਈ ਵਿਅਕਤੀ ਕਹੀਂ ਆਪਣੀ ਸ਼ਰਤੇ ਪੂਰੀ ਕਰੇਗਾ ਤੋ ਉਸਕਾ ਅਧਿਕਾਰ ਹੈ, ਉਸਕੋ ਉਹ ਸੁਵਿਧਾ ਮਿਲੇਗੀ। ਚੁਣਾਵ ਕੇ ਵਕਤ ਜੋਨ ਸਾ ਹੈ ਡੇਰੋ ਕੇ ਅੰਦਰ ਸਿਆਸੀ ਜੋਨ ਸੇ ਨੇਤਾ ਹੈ ਵੋ ਵੀ ਨਜ਼ਰ ਆਤੇ ਰਹੇ ਹੈ ਔਰ ਇਸ ਨਜ਼ਰੀਏ ਸੇ ਜੋ ਇਸਕੋ ਚੁਣਾਵ ਕੇ ਸਾਥ ਜੋੜਾ ਜਾ ਰਿਹਾ ਹੈ ਤੋ ਅਬ ਕੋਈ ਇਹ ਪੱਤਰਕਾਰਿਤਾ ਕਰਨੇ ਲਗੇ ਹੋਗੇ। ਮੁਝੇ 30 ਸਾਲ ਸੇ ਜ਼ਿਆਦਾ ਹੋ ਗਿਆ ਸ਼ਾਸਤ ਕਰਤੇ, ਯੇ ਰਾਜਨੀਤੀ ਜੋ ਹੈ ਡੇਰੋ ਕੇ ਸਾਥ ਅਬ ਸੇ ਨਹੀਂ, ਬਹੁਤ ਪਹਿਲੇ ਸੇ ਹੈ। ਹਮਾਰੇ ਯਹਾਂ ਤੋ ਹਰ ਵਿਅਕਤੀ ਕੀ ਆਸਥਾ ਕਹੀਂ ਨਾ ਕਹੀਂ ਹੈ। ਕੋਈ ਗੁਰਦੁਆਰੇ ਮੇ ਆਸਥਾ ਰੱਖਤਾ ਹੈ, ਕੋਈ ਮੰਦਿਰ ਮੇ ਰੱਖਤਾ ਹੈ, ਕੋਈ ਡੇਰੇ ਮੇ ਰੱਖਤਾ ਹੈ। ਇਹ ਦੇਸ਼ ਤੋ ਸੰਤੋਂ ਫਕੀਰੋਂ ਕਾ ਦੇਸ਼ ਹੈ, ਆਪਕੀ ਵੀ ਆਸਥਾ ਕਹੀਂ ਨਾ ਕਹੀਂ ਜ਼ਰੂਰ ਹੋਗੀ। ਉਸਕਾ ਮਤਲਬ ਯੇ ਨਹੀਂ ਹੈ ਕਿ ਆਪਕੀ ਆਸਥਾ ਕਹਾਂ ਹੈ, ਆਪਕਾ ਵੋਟ ਕਹਾਂ ਜਾਏਗਾ। ਯੇ ਮਤ ਕਾ ਜੋ ਫੈਸਲਾ ਹੈ ਵੋ ਆਦਮੀ ਯੇ ਸੋਚ ਕਰਕੇ ਕਰਤਾ ਹੈ ਕਿ ਮੇਰੇ ਵੋਟ ਸੇ ਜੋ ਸਰਕਾਰ ਬਣੇਗੀ ਉਸਸੇ ਆਮ ਆਦਮੀ ਕੋ ਕਿਤਨਾ ਫਾਇਦਾ ਹੋਗਾ। ਨਤੀਜੋ ਮੇ ਫਰਕ ਦੇਖਾ ਜਾ ਸਕਤਾ ਹੈ ਕੋਈ ਡੇਰੇ ਕੋ ਇਸ ਪਰੋਲ ਕੋ ਮਤਲਬ ਕੋਈ ਫਰਕ ਨਹੀਂ ਪੜਤਾ ਇਨ ਚੀਜ਼ੋ ਸੇ। ਜੀ ਮਤਦਾਤਾ ਨੇ ਫੈਸਲਾ ਕਰ ਰੱਖਾ ਹੈ ਕਿ ਹਮਨੇ ਵੋਟ ਕਹਾਂ ਦੇਣਾ ਹੈ, ਸਰਕਾਰ ਅਕਾਲੀ ਦਲ ਕੀ ਬਣੇਗੀ। ਸਰ ਆਪ ਅੱਜ ਫਾਜ਼ਿਲਕਾ ਮੇ ਪ੍ਰਚਾਰ ਕਰਨੇ ਕੇ ਲਈ ਆਏ ਹੈ ਅਕਾਲੀ ਦਲ ਕੇ ਪਕਸ਼ ਮੇ, ਤੋ ਕੈਸਾ ਰਿਸਪੋਂਸ ਆਪਕੋ ਨਜ਼ਰ ਆ ਰਹਾ ਹੈ? ਹਮਾਰੀ ਪਾਰਟੀ ਕਾ ਕਾਰਜਕਰਤਾ, ਹਮਾਰੀ ਪਾਰਟੀ ਕੇ ਪਦਾਧਿਕਾਰੀ ਪੂਰੇ ਅੰਬਾਲਾ ਸੇ ਲੇਕਰ ਕੇ ਸਰਸਾ ਤੱਕ ਜੋ ਬਾਰਡਰ ਲੱਗਦਾ ਹੈ ਪੰਜਾਬ ਕਾ, ਹਰ ਡਿਸਟ੍ਰਿਕਟ ਕੇ ਕਾਰਜਕਰਤਾ ਕੀ ਹਮਨੇ ਡਿਊਟੀਆਂ ਲਗਾ ਰੱਖੀ ਹੈ, ਅੰਬਾਲਾ ਕੇ, ਕੁਰੂਕਸ਼ੇਤਰ ਕੇ, ਕੈਥਲ ਕੇ, ਫਤਿਹਾਬਾਦ ਕੇ ਔਰ ਸਰਸਾ ਕੇ, ਅਲੱਗ ਅਲੱਗ ਹਲਕੋ ਮੇ ਭੇਜ ਰੱਖੇ ਜੀ। ਔਰ ਵੋ ਲੋਕ ਆਪਣੀ ਜਿੰਮੇਵਾਰੀ ਨਿਭਾ ਰਹੇ ਹੈ। ਚੌਟਾਲਾ ਸਾਹਿਬ ਸਵੇਮ ਬਾਦਲ ਸਾਹਿਬ ਕੇ ਹਲਕੇ ਲੰਬੀ ਮੇ ਜਾ ਕਰਕੇ ਆਏ, ਪਰਸੋਂ ਕਾ ਦਿਨ ਲਗਾ ਕਰਕੇ ਆਏ,
मेरे आज के भी, कल के भी, परसों के भी, मेरे 10 तारीख को मजीठिया साहब के यहाँ भी जाऊंगा, मेरे खुद के प्रोग्राम अगले 18 तारीख तक के हैं। और हमारी पार्टी का फैसला था पहले दिन से कि हम उत्तर प्रदेश के अंदर समाजवादी पार्टी और पंजाब के अंदर श्रोमणी अकाली दल को सपोर्ट करेंगे। हमारा और अकाली दल का गठबंधन है, हमने साझा चुनाव हरियाणा में भी लड़ा और यहाँ भी लड़े। सिर्फ आम आदमी पार्टी कह रही है कि उनकी तरफ से 2022 में चुनाव में अपनी सरकार बनाई जाएगी, बड़े मार्जिन से जो जीत हासिल की जाएगी आम आदमी पार्टी की तरफ से, ये दावा तो कोई कर सकता है? तो लगता है कोई प्रभाव है, उसका आधार है पंजाब में? जो फार्म भरेगा, जो चुनाव लड़ेगा, आपने कोई ऐसा व्यक्ति आपको मिला जिसने नॉमिनेशन फाइल किया और उसने ये कहा कि मैं हारूंगा? हर व्यक्ति कहता है मैं जीतूंगा। आम आदमी पार्टी में आधार है कोई आम आदमी पार्टी का पंजाब में? पीछे जो चुनाव हुआ था इससे पिछला जी, उसमें आम आदमी पार्टी का बहुत शोर था, तब की बार तो पिछले के मुकाबले 10% भी शोर हो। उस वक्त तो रोज ये कहते थे कि NRI से भरा हुआ जहाज आज यूरोप से आ रहे हैं, आज अमेरिका से आ रहा है, आज कनाडा से आ रहा है। दिवालिया पिट गया कि नहीं पिट गया? अब की बार भी दिवालिया पिट गया।